खावे छोले सब विचों पंजाब ही बोले। ਤੁਹਾਨੂੰ ਤਕਰੀਬਨ ਕਿੰਨਾ ਅਰਸਾ ਹੋ ਗਿਆ ਕਬੱਡੀ ਖੇਡਦੇ? ਮੈਨੂੰ ਭਾਅ ਜੀ ਅਰਸਾ ਹੋ ਗਿਆ ਵਾ, ਮੇਰੇ ਉਸਤਾਦ ਨੇ ਜਾਨੀ ਸੁਨਿਆਰਾ ਉਹਨਾਂ ਨੇ ਮੈਨੂੰ ਲਾਇਆ ਵੀ ਆ ਕਬੱਡੀ ਵੱਲ। ਮੈਂ ਤਾਂ ਕਬੱਡੀ ਨਹੀਂ ਸਾਂ ਪਹਿਲੇ ਖੇਡਦਾ, ਮੈਂ ਫੁੱਟਬਾਲ ਖੇਡਦਾ ਸਾਂ। ਉਹਨਾਂ ਨੇ ਵੇਖ ਕੇ ਐਵੇਂ ਪਿੰਡ ਦਾ ਇੱਕ ਸ਼ੌਕ ਸੀਗਾ, ਮਤਲਬ ਪਿੰਡ 'ਚ ਆਉਂਦੇ ਸੀ ਸਾਰੇ, ਉਹਨਾਂ ਨਾਲ ਖੇਡ ਲੈਣੀ ਮਾੜੀ ਚੰਗੀ, ਅਤੇ ਉਹਨਾਂ ਨੇ ਹੀ ਇਸ ਬੰਨੇ ਲਾਇਆ। ਉਹਨਾਂ ਨੇ ਦੱਸਿਆ ਕਿ ਤੂੰ ਖੇਡ ਸਕਦਾ, ਉਹਨਾਂ ਦੀ ਮੰਨ ਕੇ ਆਪਾਂ ਫਿਰ ਚੱਲੇ, ਅਤੇ ਅੱਲਾਹ ਦਾ ਸ਼ੁਕਰ ਹੈ। ਉਹ ਤਕਰੀਬਨ ਅੱਜ ਤੱਕ ਕੋਈ ਇੰਟਰਨੈਸ਼ਨਲ ਮੈਚ ਖੇਡਿਆ ਕਿ ਜਾਂ ਨੈਸ਼ਨਲ ਲੈਵਲ ਤੇ ਖੇਡ ਰਹੇ ਹੋ? ਭਾਜੀ ਫਿਲਹਾਲ ਨੈਸ਼ਨਲ ਲੈਵਲ ਤੇ ਖੇਡ ਰਹੇ ਆ। ਆ ਜਿਹੜੀ ਨੈਸ਼ਨਲ ਹੋਈ ਸੀ ਪਿੱਛੇ ਜੇ, ਇਹ ਖੇਲੀ? ਨੈਸ਼ਨਲ ਨਹੀਂ ਖੇਲਿਆ, ਲੇਕਿਨ ਇਹ ਆ ਕਿ ਪਾਕਿਸਤਾਨ ਚ ਤਕਰੀਬਨ ਹਰ ਜਗ੍ਹਾ ਖੇਲਣ ਦੇ, ਹਰ ਪਲੇਅਰ ਦੇ ਨਾਲ ਮੈਚਾਂ ਇੰਟਰਨੈਸ਼ਨਲ ਖੇਲ ਲੈਂਦੇ। ਮਾਸ਼ਾਅੱਲਾ, ਬੜੀ ਗੱਲ ਆ ਕਿ ਤੁਹਾਡਾ ਜਿਹੜਾ ਵਾ ਉਸਤਾਦ ਆ ਜਾਨੀ ਸੁਨਿਆਰਾ। ਹਾਂਜੀ, ਤਕਰੀਬਨ ਤੁਸੀਂ ਅੱਜ ਤੱਕ ਜਦੋਂ ਦੀ ਸ਼ੁਰੂ ਕੀਤੀ ਆ ਉਦੋਂ ਤੋਂ ਲਾ ਕੇ ਅੱਜ ਤੱਕ ਸਭ ਤੋਂ ਅੱਛਾ ਮੈਚ ਕਿਹੜੀ ਜਗ੍ਹਾ ਤੇ ਖੇਲਿਆ ਜੀ, ਜਿਹੜਾ ਤੁਹਾਨੂੰ ਭੁੱਲਦਾ ਹੀ ਨਾ ਹੋਵੇ? ਮੈਚ ਮਾਸ਼ਾਅੱਲਾ ਕਾਫੀ ਅੱਛੇ ਖੇਡੇ ਆ। ਬਾਕੀ ਇੱਕ ਹੁੰਦਾ ਨਾ ਜਿੱਥੋਂ ਬੰਦੇ ਦੀ ਪਹਿਚਾਣ ਹੁੰਦੀ ਆ, ਯਾਨੀ ਕਿ ਇੱਕ ਦੇ ਵਿੱਚ ਮੈਚ ਦੇ ਵਿੱਚ ਉਹ 8-10 ਜਾਫੇ ਲਾ ਦੇਵੇ ਜਾਂ 3-4 ਲਾ ਦੇਵੇ, ਉਹਦੇ ਵਿੱਚ ਉਹਦੀ ਬੱਲੇ ਬੱਲੇ ਹੋ ਜਾਂਦੀ ਹੈ। ਇੱਦਾਂ ਦਾ ਕੋਈ ਸੀਨ ਹੋਵੇ, ਵਾਇਰਲ ਕਿੱਥੋਂ ਹੋਏ? ਵਾਇਰਲ ਕਿੱਥੋਂ ਹੋਏ ਜੀ, ਇੰਗਲਿਸ਼ ਨਹੀਂ ਨਾ ਆਉਂਦੀ ਮੈਨੂੰ। ਭਾਅ ਜੀ ਕਾਫੀ ਮੈਚ ਖੇਡੇ ਆ ਇੱਥੇ ਆਪਣੇ ਲਾਗੇ, ਗੋਖੋਵਾਲ ਟੂਰਨਾਮੈਂਟ ਹੁੰਦਾ, ਉਹ ਵੀ ਅੱਛਾ ਖੇਡੇ ਆ। ਇੱਕ ਗੱਗੋ ਮੰਡੀ ਵੱਡਾ ਮੈਚ ਹੁੰਦਾ ਵਾ। ਹਾਂਜੀ, ਬਹੁਤ ਤਕੜਾ ਮੈਚ ਹੁੰਦਾ। ਹਾਂਜੀ, 49 ਵਧੀਆ ਖੇਡੇ। ਹਾਂਜੀ, ਤੇ ਹੋਰ ਵੀ ਕਾਫੀ ਨੇ ਹੁਣ। ਨਹੀਂ, ਅੱਜ ਤੱਕ ਜਿਹੜੇ ਇੰਟਰਨੈਸ਼ਨਲ ਪਲੇਅਰ ਆ ਵੱਡਿਆਂ ਦੇ ਵੀ ਪਾਈਆਂ ਜੇ ਰੇਡਾਂ? ਭਾਅ ਜੀ ਕਲੱਬ ਦੇ ਵਿੱਚ ਖੇਡੀਦਾ ਵਾ, ਜਿਹੜੇ ਆਪਣੇ ਮੇਨ ਕਲੱਬ ਨੇ 4, ਤੇ ਆਪਾਂ ਤਕਰੀਬਨ ਹਰ ਪਲੇਅਰ ਨਾਲ ਹੀ ਖੇਡਦੇ। ਸਹੀ ਹੋ ਗਿਆ। ਤੇ ਆ ਜਿਹੜਾ ਆਸਟ੍ਰੇਲੀਆ ਕੱਪ ਹੁੰਦਾ ਹੈ, ਇਹਦੇ ਵਿੱਚ ਤੁਹਾਡਾ ਨੰਬਰ ਕੋਈ ਲੱਗਾ? ਨਹੀਂ ਭਾਅ ਜੀ, ਹਜੇ ਉਹ ਲੈਵਲ ਨਹੀਂਗਾ। ਬਾਕੀ ਇਨਸ਼ਾਅੱਲਾ ਅੱਲਾ ਖੈਰ ਖੈਰਾ ਕਰੇ, ਨੈਕਸਟ ਦੁਆ ਕਰਿਆ ਕਰੋ, ਅੱਲਾ ਚੰਗੀ ਕਰੇ। ਤਕਰੀਬਨ ਜਿਹੜੀ ਆ ਜਿਮ ਸ਼ਿਮ ਕਿੰਨੇ ਘੰਟੇ ਕਰਦੇ ਜੀ? ਇਹ ਭਾਅ ਜੀ ਹੁਣ ਵਰਕਆਊਟ ਆ, ਬਸ ਸਵੇਰ ਟਾਈਮ ਕਰ ਲਈਦੀ ਆ, ਸ਼ਾਮ ਨੂੰ ਗਰਾਊਂਡ ਦੀ ਕਰ ਲਈਦੀ। ਕੋਈ ਹੋਰ ਵੀ ਬਿਜ਼ਨਸ ਨਾਲ ਕਰਦੇ ਜੇ ਜਾਂ ਪੜ੍ਹਾਈ ਕਰਦੇ ਜੇ, ਕੀ ਕਰਦੇ? ਨਹੀਂ ਭਾਅ ਜੀ ਕੋਈ ਨਹੀਂ, ਹੋਰ ਬਿਜ਼ਨਸ ਬਸ ਗਈ। ਬਸ ਕਬੱਡੀ? ਸਹੀ ਹੋ। ਤੇ ਤੁਹਾਡਾ ਕੀ ਨਾਮ ਆ? ਮੇਰਾ ਨਾਮ ਮੁਹੰਮਦ ਸਾਰਮ ਅਬਾਸ। ਮੁਹੰਮਦ ਸਾਰਮ ਅਬਾਸ? ਸਾਰਮ ਅਬਾਸ ਸਾਹਿਬ ਜੀ, ਇਹ ਵੀ ਆਪਣੇ ਭਾਈ ਜਾਨੇ ਸੁਨਿਆਰੇ ਦੇ ਜਿਹੜੇ ਖਾਸ ਗਿਰਦ ਵਾ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਤੁਹਾਨੂੰ ਕਿੰਨਾ ਅਰਸਾ ਹੋ ਗਿਆ ਕਬੱਡੀ ਖੇਡਦੇ? ਮੈਨੂੰ 2.5 ਸਾਲ ਹੋ ਗਏ ਕਬੱਡੀ ਖੇਡਦੇ। ਮਾਸ਼ਾਅੱਲਾ, 2.5 ਸਾਲਾਂ 'ਚ ਕਿੰਨੀ ਕੁ ਸਿੱਖੀ ਹੋ? ਮਾਸ਼ਾਅੱਲਾ ਬਸ ਜਿਹੜੀ ਆ ਨਾ, ਰਹਿ ਲਓ ਵੀ ਹਾਥੀ ਨੰਗਿਆ ਤੇ ਪੁਸ਼ਰ ਰਹਿ ਗਈ। ਰੇਡਰ ਜੇ ਜਾਂ ਸਟਾਪਰ ਜੇ? ਮੈਂ ਰੇਡਰ ਆ ਜੀ। ਮਾਸ਼ਾਅੱਲਾ, ਤਕੜੀਆਂ ਰੇਡਾਂ ਪਾਉਂਦੇ ਜੀ? ਹਾਂਜੀ, ਉਹ ਤੇ ਗਰਾਊਂਡ ਲੱਗੇ ਦੀ ਗੱਲ ਹੁੰਦੀ ਹੈ ਨਾ ਜੀ, ਕਿਤੇ ਨਹੀਂ ਵੀ ਚੱਲਦਾ ਕਿਤੇ ਚੱਲ ਜਾਂਦਾ, ਅੱਲਾ ਦੀ ਰਹਿਮਤ ਦੇ ਨਾਲ ਹੀ ਆ ਜੀ। ਸਹੀ ਹੋ ਗਿਆ। ਮਿਹਨਤ ਕਰਨੀ ਚਾਹੀਦੀ ਆ, ਇਨਸਾਨ ਕੋਈ ਵੀ ਜਿਹੜਾ ਮਿਹਨਤ ਕਰਦਾ ਅੱਲਾ ਪਾਕ ਉਹਦਾ ਸਿਲਾ ਦਿੰਦਾ ਵਾ। ਠੀਕ ਹੋ ਗਿਆ ਜੀ। ਆ ਨੇਵੀ ਦੇ ਵਿੱਚ ਨਾ, ਜਿਹੜੇ ਨੈਸ਼ਨਲ ਦੇ ਵਿੱਚ ਗੋਲਡ ਹੋਏ।